dijo, hace 60 años por todos estos no me enteré, también por ser tan bajo en el centro de Río de la Vida. Y así me entraba, pues es el que te dio. Y hoy de donde, sumo y atra de la Sintia y Sasa Gavre, Satguru Das Maharaj de Sorohi, ਪਿਆਰ ਤੇ ਸਤਿਕਾਰ ਦੇ ਨਾਲ ਅਰਦਾਸ ਨਗਰ ਦੀਆਂ ਸੰਗਤਾਂ ਜਿਹੜੇ ਸਾਡੇ ਪਹਿਲੇ ਕ੍ਰਾਂਤੀਕਾਰੀ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ ਕ੍ਰਾਂਤੀਕਾਰੀ ਗੁਰੂ ਅਸੀਂ ਕਹਿੰਦੇ ਕਿਉਂਕਿ ਮਜ਼ਲੂਮਾਂ ਨੂੰ ਸਹਾਰਾ ਦਿੱਤਾ ਜਗਾਇਆ ਉਸ ਤੋਂ ਬਾਅਦ ਟਰਾਈ ਵਾਲੇ ਬਾਬਾ ਜੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਜਿਨ੍ਹਾਂ ਨੇ ਮੁਰਦਿਆਂ ਵਿੱਚ ਜਾਨ ਫੂਕੀ ਹੱਕ ਲੈ ਕੇ ਦਿੱਤੇ ਹਰ ਇੱਕ ਕੌਮ ਹਰ ਇੱਕ ਮਜ਼ਹਬ ਦਾ ਸੋਚਿਆ ਔਰਤਾਂ ਨੂੰ ਆਦਮੀ ਦੇ ਬਰਾਬਰ ਮੰਨਿਆ 8 ਘੰਟੇ ਕੰਮ ਕਰਨ ਦਾ ਅਧਿਕਾਰ ਇਹ ਜਿਹੜੀਆਂ ਛੁੱਟੀਆਂ ਮਿਲਦੀਆਂ ਨੇ ਬਾਬਾ ਸਾਹਿਬ ਦੀ ਦੇਣ ਨਹੀਂ ਤਾਂ ਜਗੀਰਦਾਰੀ ਪ੍ਰਥਾ ਚੱਲਦੀ ਸੀ ਕੋਈ ਮਜ਼ਦੂਰ ਆ ਤਾਂ 24 ਘੰਟੇ ਕੰਮ ਕਰਦਾ ਤਾਂ ਕਰੀ ਗਿਆ ਕੋਈ ਛੁੱਟੀ ਨਹੀਂ ਕੋਈ ਬ੍ਰੇਕ ਨਹੀਂ ਕੋਈ ਤਨਖਾਹ ਨਹੀਂ ਇਹ ਬਾਬਾ ਸਾਹਿਬ ਦਾ ਉਪਕਾਰ ਹੈ ਪੜ੍ਹਨ ਦਾ ਅਧਿਕਾਰ ਸਟੇਜਾਂ 'ਤੇ ਬੋਲਣ ਦਾ ਅਧਿਕਾਰ ਆਪਣੀ ਹੱਕ ਦੀ ਗੱਲ ਕਰਨ ਦਾ ਅਧਿਕਾਰ ਬਾਬਾ ਸਾਹਿਬ ਨੇ ਲੈ ਕੇ ਦਿੱਤਾ ਔਰ ਉਸ ਟਾਈਮ 'ਚ ਜਦੋਂ ਇੰਨਾ ਜਾਤ ਪਾਤ ਦਾ ਰੌਲਾ ਸੀ ਉਸ ਟਾਈਮ 'ਚ ਬਾਬਾ ਸਾਹਿਬ ਪੜ੍ਹੇ ਪੜ੍ਹ ਕੇ ਸੰਵਿਧਾਨ ਲਿਖਿਆ ਕਾਨੂੰਨ ਮੰਤਰੀ ਬਣੇ ਇਸ ਕਰਕੇ ਸ਼ਾਇਰ ਲਿਖਦਾ ਕਿ ਦਲੇਰ ਮਰਦ ਸੂਰਮਾ ਲਿਖਾਰੀ ਸੀ ਹੁਣ ਤਾਂ ਸਾਰੇ ਲਿਖ ਲੈਣਗੇ ਚੰਗਾ ਮਾੜਾ ਪਰ ਉਸ ਟਾਈਮ 'ਚ ਬੜਾ ਔਖਾ ਸੀ ਤੁਹਾਡੀ ਨਜ਼ਰ ਟਾਈ ਵਾਲਾ ਬਾਬਾ ਭੀਮ ਰਾਓ ਬਾਬਾ ਸਾਹਿਬ
ਬਲਕਾਰੀ ਸੀ ਅਣਖੀ ਉਹਦਾ ਤੇ ਸੂਰਮਾਲ ਖਾਰੀ ਸੀ ਭੀਮ ਰਾਓ ਬੜਾ ਬਲਕਾਰੀ ਸੀ ਅਣਖੀ ਉਹਦਾ ਤੇ ਸੂਰਮਾਲ ਖਾਰੀ ਸੀ ਛੂਤ ਛਾਤ ਵਾਲਾ ਉਹਨੇ ਦਰਦ ਹਟਾਇਆ ਸੀ ਉੱਚਿਆਂ ਲੋਕਾਂ ਦੇ ਨਾਲ ਮਸਾਉਣ ਲਾਇਆ ਸੀ ਸ਼ਾਂਤੀ ਦਾ ਰੱਖਾ ਤੇ ਅਮਨ ਦਾ ਪੁਜਾਰੀ ਸੀ ਅਣਖੀ ਉਹਦਾ ਤੇ ਸੂਰਮਾਲ ਖਾਰੀ ਸੀ ਅਣਖੀ ਉਹਦਾ ਤੇ ਸੂਰਮਾਲ ਖਾਰੀ ਸੀ ਨਾਨਕੇ ਜਾਣਾ ਅਸੀਂ ਨਾਨਕੇ ਹਾਂ ਉਹ ਨਿੱਕੀਆਂ ਨਿੱਕੀਆਂ ਖੇਡਾਂ ਉਹ ਜਦੋਂ ਇਹਨਾਂ ਨੂੰ ਮਿਲਦੇ ਹਾਂ ਦੇਖਦੇ ਹਾਂ ਉਹ ਸਾਰੀਆਂ ਅੱਖਾਂ ਸਾਹਮਣੇ ਆ ਜਾਂਦੀਆਂ ਸਿਨੇਮੇ ਦੀ ਸਕਰੀਨ ਦੇ ਤਰ੍ਹਾਂ ਉਹ ਗੁੱਡੀ ਪਟੋਲਿਆਂ ਤੋਂ ਲੜੀ ਜਾਣਾ ਅਸੀਂ ਚੱਕ ਕੇ ਲੈ ਜਾਣੇ ਮੁੰਡੇ ਥੋੜ੍ਹੇ ਸ਼ਰਾਰਤੀ ਹੁੰਦੇ ਆ ਕੁੜੀਆਂ ਸੈਂਸਿਟਿਵ ਹੁੰਦੀਆਂ ਪਰ ਮੈਂ ਜ਼ਿਆਦਾ ਨਹੀਂ ਸੀ ਸ਼ਰਾਰਤੀ ਮੇਰਾ ਇੱਕ ਹੋਰ ਭਰਾ ਉਹ ਜ਼ਿਆਦਾ ਸ਼ਰਾਰਤੀ ਉਹ ਨਾਲ ਨਹੀਂ ਆਉਂਦਾ ਸਾਨੂੰ
ਸੰਵਿਧਾਨ ਸਾਨੂੰ ਸੱਚ ਵੰਡ ਮੁੱਲੀ ਉਹਨੇ ਆਪਣੀ ਵਿਚਾਰੀ ਸੀ ਅਣਖੀ ਉਹਦਾ ਤੇ ਸੂਰਮਾ ਹਾਂ ਅਣਖੀ ਉਹਦਾ ਤੇ ਭੀਮ ਰਾਓ ਬੜਾ ਬਲਕਾਰੀ ਸੀ ਭੀਮ ਰਾਓ ਬੜਾ ਬਲਕਾਰੀ ਸੀ ਅਣਖੀ ਉਹਦਾ ਤੇ ਇਹ ਮੇਰਾ ਭਰਾ ਬੜਾ ਜੋਸ਼ ਨਾਲ ਨੋਟ ਸੱਟਦਾ, ਮੈਂ ਡਰੇ ਗਿਆ। ਮਿਹਰਬਾਨੀ ਮਿਹਰਬਾਨੀ ਸਾਡੇ ਇੱਕ ਨਾ ਮੈਨੂੰ ਭੁਲੇਖਾ ਪੈ ਗਿਆ, ਮੈਂ ਗਾਣੇ ਭੁੱਲ ਚੱਲਿਆ ਸੀ। ਸਾਡੇ ਇੱਕ ਬਾਬਾ ਹੁੰਦਾ ਸੀ ਖੰਭ ਵਾਲਾ ਬਾਬਾ, ਉਹ ਕਹਿੰਦੇ ਖੰਭ ਵਾਲੇ ਬਾਬੇ ਨੇ ਗੱਡੀ ਮੋਹਰੇ ਖੰਭ ਕੀਤਾ, ਰੁੱਕ ਗਈ ਸੀ। ਮੈਨੂੰ ਲੱਗਿਆ ਉਹ ਆ ਗਿਆ ਖੜਿਆ, ਨਹੀਂ ਸ਼ਕਲ ਮਿਲਦੀ ਆ ਉੱਧਰ। ਥੈਂਕ ਯੂ ਵੀਰ, ਥੈਂਕ ਯੂ, ਮਿਹਰਬਾਨੀ। ਮੈਂ ਇੱਕ ਛੋਟੀ ਜਿਹੀ ਗੱਲ ਸੁਣਾਉਣ ਲੱਗਾ। ਕਈ ਵਾਰੀ ਇੱਕ ਮੇਰਾ ਬਹੁਤ ਜ਼ਿਆਦਾ ਫੈਨ ਬੰਦਾ ਬਾਹਰਲੇ ਮੁਲਕ ਤੋਂ ਫੋਨ ਕਰ ਰਿਹਾ ਸੀ, ਬਹੁਤ ਫੋਨ ਆਏ, ਪਤਾ ਲੱਗਾ ਵੀ ਗੱਲ ਕਿਉਂ ਕਰਨਾ ਚਾਹੁੰਦਾ। ਕਈ ਵਾਰੀ ਛੋਟੇ ਨਾਲ ਗੱਲ ਹੁੰਦੀ ਰਹਿੰਦੀ, ਮੇਰੇ ਨਾਲ ਨਹੀਂ ਹੁੰਦੀ ਕਿਉਂਕਿ ਇਹਦੇ ਕੋਲ ਹੀ ਨੰਬਰ ਹੁੰਦਾ। ਉਹ ਕਹਿੰਦਾ ਇੱਕ ਤੁਹਾਡੀ ਸੀ ਡੀ ਆ, ਉਹ ਜਦੋਂ ਵੀ ਗੱਡੀ ਨੂੰ ਚਾਬੀ ਲਾਈ ਦੀ ਆ ਉਹ ਆਪਣੇ ਆਪ ਹੀ ਚੱਲ ਪੈਂਦੀ ਹੈ, ਉਹ ਚੱਲਦੀ ਹੀ ਰਹਿੰਦੀ ਹੈ। ਮੇਰੇ ਕਹਿੰਦਾ ਬਾਪੂ ਨੂੰ ਅਟੈਕ ਆ ਗਿਆ, ਅਟੈਕ ਆ ਗਿਆ, ਹੱਥਾਂ ਪੈਰਾਂ ਦੀਆਂ ਸਾਰਿਆਂ ਨੂੰ ਪੈ ਗਈਆਂ, ਬਾਪੂ ਬੇਸੁੱਧ, ਉਹਨੂੰ ਲੈ ਕੇ ਗੱਡੀ 'ਚ ਜਾ ਰਹੇ ਹਾਂ। ਜਦੋਂ ਗੱਡੀ ਦੀ ਚਾਬੀ ਲਾਈ ਤਾਂ ਤੁਹਾਡੀ ਸੀ ਡੀ ਚੱਲ ਪਈ।
ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਉਤਾਰਦਾ ਤੈਨੂੰ ਕਿਉਂ ਨਾ ਉਤਾਰੂ ਬੰਦਿਆ। ਕਹਿੰਦਾ ਭਾਅ ਜੀ ਅਸੀਂ ਰੋ ਰਹੇ ਹਾਂ, ਤੜਫ ਰਹੇ ਹਾਂ, ਬਾਪ ਬੇਸੁੱਧ ਹੈ ਅਤੇ ਤੁਹਾਡੀ ਸੀੜੀ ਚੱਲੀ ਜਾ ਰਹੀ। ਉਸ ਸੀੜੀ ਦੇ ਨਾਲ, ਉਹ ਗਾਣੇ ਦੇ ਨਾਲ, ਉਹ ਭਜਨ ਦੇ ਨਾਲ ਕਹਿੰਦਾ ਅਸੀਂ ਇੰਨਾ ਜੁੜ ਗਏ, ਸਾਡੇ ਅੰਦਰੋਂ ਦੁਆਵਾਂ ਨਿਕਲੀਆਂ, ਅਰਦਾਸਾਂ ਨਿਕਲੀਆਂ ਕਿ ਮਾਲਕਾ ਤੂੰ ਪੱਥਰਾਂ ਨੂੰ ਉਤਾਰਨ ਦੀ ਸ਼ਕਤੀ ਰੱਖਦਾ, ਮੇਰੇ ਬਾਪ 'ਤੇ ਵੀ ਦਇਆ ਕਰ, ਮਿਹਰ ਕਰ। ਉਹ ਕਹਿੰਦਾ ਅਰਦਾਸਾਂ ਕਰਦੇ ਹੋਸਪਿਟਲ ਪਹੁੰਚ ਗਏ ਭਾਅ ਜੀ ਅਸੀਂ। ਜਦੋਂ ਹੋਸਪਿਟਲ ਦੇ ਕੋਲ ਗਏ ਤਾਂ ਬਾਪੂ ਸਾਡਾ ਹੋਸ਼ 'ਚ ਆ ਗਿਆ। ਕਹਿੰਦਾ ਉਦਣ ਆਪਣੇ ਮਾਲਕ 'ਤੇ ਇੱਕ ਵਿਸ਼ਵਾਸ ਹੋ ਗਿਆ ਕਿ ਉਹਨੂੰ ਸੱਚੇ ਦਿਲ ਨਾਲ ਯਾਦ ਕਰੋ, ਵਿਸ਼ਵਾਸ ਨਾਲ ਉਹਨੂੰ ਯਾਦ ਕਰੋ। ਉਹ ਪੱਥਰਾਂ ਨੂੰ ਵੀ ਤਾਰ ਦਿੰਦਾ ਅਤੇ ਬੰਦਾ ਤਾਰਨ ਕਿੰਨਾ ਕੁ ਔਖਾ। ਸੋ ਗੱਲ ਇਹ ਕਿ ਜਿਹਨੂੰ ਵਿਸ਼ਵਾਸ ਹੈ, ਜੇ ਵਿਸ਼ਵਾਸ ਹੈ ਤਾਂ ਸਭ ਕੁਝ ਹੈ, ਜੇ ਵਿਸ਼ਵਾਸ ਨਹੀਂ ਤਾਂ ਕੁਝ ਨਹੀਂ। ਬਹੁਤ ਸੋਹਣਾ ਮਦਨ ਜਨਾਂ ਦੀ ਸਾਹਿਬ ਨੇ ਲਿਖਿਆ, ਤੁਹਾਡੀ ਨਜ਼ਰ ਕਰਦੇ ਹਾਂ। ਛੱਡ ਦੇ ਸਭ, ਛੱਡ ਦੇ ਸਭ, ਛੱਡ ਦੇ, ਛੱਡ ਦੇ, ਛੱਡ ਦੇ, ਛੱਡ ਦੇ, ਛੱਡ ਦੇ, ਛੱਡ ਦੇ ਸਭ, ਚਤੁਰਾਈਆਂ, ਛੱਡ ਦੇ ਝੂਠ ਹੰਕਾਰ। ਉਹ ਕਾਂਛੀ ਵਾਲਾ ਸਤਿਗੁਰੂ ਆਪੇ ਤੈਨੂੰ ਬਖਸ਼ੂ ਬਖਸ਼ਣ ਹਾਰ, ਕਾਂਛੀ ਵਾਲਾ ਸਤਿਗੁਰੂ ਆਪੇ ਤੈਨੂੰ ਬਖਸ਼ੂ ਬਖਸ਼ਣ ਹਾਰ। ਹੋ ਜਿਹੜਾ ਪਾਣੀ ਉੱਤੇ, ਜਿਹੜਾ ਪਾਣੀ ਉੱਤੇ, ਜਿਹੜਾ ਪਾਣੀ ਉੱਤੇ ਪੱਥਰਾਂ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦਿਆ। ਜਿਹੜਾ ਪਾਣੀ ਉੱਤੇ ਪੱਥਰਾਂ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦਿਆ। ਜਿਹੜਾ ਦੁਨੀਆ ਦੇ ਕਸ਼ਟ ਨਿਵਾਰਦਾ, ਜਿਹੜਾ ਦੁਨੀਆ ਦੇ ਕਾਰਜ ਸੰਵਾਰਦਾ ਉਹ ਤੇਰੇ ਵੀ ਸੰਵਾਰੂ ਬੰਦਿਆ। ਜਿਹੜਾ ਪਾਣੀ ਉੱਤੇ ਪੱਥਰਾਂ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦਿਆ। Thank you.
ਇਹ ਉਹੀ ਭਾਈ ਆ, ਕੱਪੜੇ ਬਦਲ ਕੇ ਆ ਗਏ ਯਾਰ। ਮੈਨੂੰ ਹੁਣ ਫਿਰ ਭੁਲੇਖਾ ਪਿਆ, ਮੈਂ ਕਿਹਾ ਯਾਰ ਉਹਦੇ ਵਰਗਾ ਹੋਰ ਆ ਗਿਆ ਕਰਿਆ, ਇਹ ਤੂੰ ਝੱਗਾ ਬਦਲਿਆ ਯਾਰ। ਥੈਂਕ ਯੂ ਮਿਹਰਬਾਨੀ। ਫੋਟੋ ਹੋ ਗਈ, ਫੋਟੋ ਭਰਾ ਲਈ, ਫੋਟੋ ਫੋਟੋ ਕਰੋ ਯਾਰ, ਕਰੋ ਇਹਦੀ ਫੋਟੋ ਯਾਰ, ਇਹਨੂੰ ਫੋਟੋ ਕਰਾਉਣੀ ਮੈਂ। ਫੋਟੋ ਕਰ ਲਓ, ਰੱਖ ਕੇ ਭਰੋਸਾ ਆਉਂਦਾ ਨਾਮ ਧਿਆ ਲੈ ਤੂੰ, ਨਾਮ ਧਿਆ ਲੈ ਤੂੰ, ਨਾਮ ਧਿਆ ਲੈ ਤੂੰ, ਓ ਕਰਕੇ ਗੁਰਾਂ ਦੀ ਸੇਵਾ ਵਿਗੜੀ ਬਣਾ ਲੈ ਤੂੰ, ਵਿਗੜੀ ਬਣਾ ਲੈ ਤੂੰ, ਵਿਗੜੀ ਬਣਾ ਲੈ ਤੂੰ, ਰੱਖ ਕੇ ਭਰੋਸਾ ਆਉਂਦਾ ਨਾਮ ਧਿਆ ਲੈ ਤੂੰ, ਕਰਕੇ ਗੁਰਾਂ ਦੀ ਸੇਵਾ ਬਣਾ ਲੈ ਤੂੰ, ਡਰ ਆਏ ਨੂੰ ਕਦੇ ਨਾ ਨਕਾਰਦਾ, ਡਰ ਆਏ ਨੂੰ ਕਦੇ ਨਾ ਨਕਾਰਦਾ, ਉਹ ਤੈਨੂੰ ਕਿਉਂ ਨਕਾਰੂ ਬੰਦਿਆ, ਜਿਹੜਾ ਪਾਣੀ ਤੇ ਪੱਥਰਾਂ ਨੂੰ ਤਾਰਦਾ, ਉਹ ਤੈਨੂੰ ਕਿਉਂ ਨਕਾਰੂ ਬੰਦਿਆ, ਉਹ ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ, ਉਹ ਤੈਨੂੰ ਤਾਰੂ ਬੰਦਿਆ। ਸਾਨੂੰ ਹਵਾਲੀ ਨੇ ਕਿਰਤ ਕਮਾਈ ਦਾ, ਕਿਰਤ ਕਮਾਈ ਦਾ, ਕਿਰਤ ਕਮਾਈ ਦਾ, ਫੜਿਆ ਏ ਪੱਲਾ ਜਿਵੇਂ ਸੇਵਾ ਤੇ ਸਚਾਈ ਦਾ, ਸੇਵਾ ਤੇ ਸਚਾਈ ਦਾ, ਸੇਵਾ ਤੇ ਸਚਾਈ ਦਾ। ਉਹਦੇ ਕਾਂਛੀ ਵਾਲਾ ਕਸ਼ਟ ਨਿਵਾਰਦਾ, ਉਹਦੇ ਕਾਂਛੀ ਵਾਲਾ ਕਸ਼ਟ ਨਿਵਾਰਦਾ, ਉਹ ਤੇਰੇ ਬਿਨ ਮਾਰੂ ਬੰਦਿਆ, ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ, ਉਹ ਤੈਨੂੰ ਕਿਉਂ ਨਾ ਤਾਰੂ ਬੰਦਿਆ, ਉਹ ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ, ਉਹ ਤੈਨੂੰ ਕਿਉਂ ਨਾ ਤਾਰੂ ਬੰਦਿਆ। Thank you.
ਵੀ ਦਾਸ ਰੱਬੀ ਮੂਰ ਉਹ ਜਲੰਧਰੀ ਮੂਰ ਉਹ ਜਲੰਧਰੀ ਮੂਰ ਉਹ ਜਲੰਧਰੀ ਦੁਖੀਆਂ ਦੇ ਦੁੱਖ ਕਰ ਦੂਰ ਉਹ ਜਲੰਧਰੀ ਮੂਰ ਉਹ ਜਲੰਧਰੀ ਮੂਰ ਉਹ ਜਲੰਧਰੀ ਗੁਰੂ ਰਵਿਦਾਸ ਰੱਬੀ ਮੂਰ ਉਹ ਜਲੰਧਰੀ ਦੁਖੀਆਂ ਦੇ ਦੁੱਖ ਕਰ ਪਾਲਣਾ ਵਿਸਾਰਦਾ ਜਿਹੜਾ ਭਗਤਾਂ ਨੂੰ ਪਾਲਣਾ ਵਿਸਾਰਦਾ ਉਹ ਤੈਨੂੰ ਕਿਉਂ ਵਸਾਰੂ ਬੰਦਿਆ ਉਹ ਜਿਹੜਾ ਪਾਣੀ ਉੱਤੇ ਉਹ ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ 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 ਉਹ ਜਿਹੜਾ ਉਤਾਰਦਾ ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਉਤਾਰਦਾ ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਉਤਾਰਦਾ ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਉਤਾਰਦਾ ਜਿਹੜਾ ਪਾਣੀ ਉੱਤੇ ਪਾਣੀ ਉੱਤੇ ਪਾਣੀ ਉੱਤੇ ਪਾਣੀ ਉੱਤੇ ਪਾਣੀ ਉੱਤੇ ਪੱਥਰਾਂ ਬਾਪੂ ਦੀ ਗੱਲ ਮੈਨੂੰ ਦੱਸਣੀ ਬਾਪੂ ਬਹੁਤ ਮੁਸ਼ਕਿਲ ਨਾਲ ਆਇਆ ਤੁਰ ਕੇ ਕੀ ਕਹਿੰਦੇ ਬਾਪੂ ਨੇ ਗਾਣਾ ਬੜਾ ਔਖਾ ਦੱਸਿਆ ਉਹ ਠੀਕ ਹੈ ਬਾਪੂ ਮੈਂ ਸੁਣਾ ਸੁਣਾ ਠੀਕ ਹੈ ਬਹਿ ਜਾਓ ਇਹ ਮੇਰੀ ਸਭ ਤੋਂ ਪਹਿਲੀ ਐਲਬਮ ਸ਼ਾਇਦ ਉਹਦੇ ਵਿੱਚ ਇਹ ਗਾਣਾ ਇਹ ਵੀ ਮਦਨ ਜਨਦੀ ਸਾਹਿਬ ਦਾ ਲਿਖਿਆ ਥੋੜ੍ਹੇ ਜਿਹਾ ਲਾ ਲਓ ਪਹਿਲਾ ਸਵੇਰ ਜੋ ਬੋਲੇ ਸੁਣ ਰੁਪਏ ਜਕਾਰਾ ਵੀ ਨਹੀਂ ਬੋਲਦੀਆਂ ਬੀਬੀਆਂ ਭੈਣਾਂ ਜੋ ਬੋਲੇ ਸੋਨ ਰੁਪਏ ਆਜ ਕੀ ਜੈ
ਰਵਿਦਾਸ ਸ਼ਕਤੀ, ਰਵਿਦਾਸ ਸ਼ਕਤੀ ਅਮਰ ਹੈ। ਇੱਧਰ ਕੀ ਹੈ ਉੱਧਰ ਕੀ ਹੈ, ਮੈਨੂੰ ਟਰਾਲੀ ਵਾਲੇ ਦਿਨ ਯਾਦ ਆ ਗਿਆ, ਜਦੋਂ ਸਾਡੇ ਮੁਹੱਲੇ ਸ਼ੋਭਾ ਯਾਤਰਾ ਜਾਂਦੀ ਹੁੰਦੀ ਸੀ, ਗਾਉਣ ਗੂਣ ਦਾ ਕੀੜਾ ਅੰਦਰ ਹੀ ਸੀਗਾ ਤੇ ਇੱਕ ਸਾਊਂਡ ਲਾ ਲੈਣੀ, 100 ਰੁਪਏ ਦੀ ਸਾਊਂਡ ਮਾੜੀ ਮੋਟੀ ਟੁੱਟੀ ਜਿਹੀ ਲਾ ਕੇ ਟਰਾਲੀ ਦੇ ਵਿੱਚ ਵਾਜਾ ਰੱਖ ਲੈਣਾ, ਗਾਈ ਜਾਣਾ। ਇੰਨਾ ਮਤਲਬ ਚਾਅ ਚੜਿਆ ਹੁੰਦਾ ਸੀ, ਸਾਰਾ ਹੀ ਸ਼ਹਿਰ ਘੁੰਮ ਕੇ ਸ਼ੋਭਾ ਯਾਤਰਾ ਨੇ ਆਉਣਾ, ਮੈਂ ਗਾਈ ਜਾਣਾ। ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਦਾਦਾ ਤੂੰ ਨਾ ਕਰੇ, ਹੋਰ ਕਰੇ ਕਿਹੜਾ। ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਲੋਕੀ ਤੱਕਦੇ ਐਬ ਗੁਨਾਹ, ਮੈਂ ਤੇ ਤੱਕਦੀ ਰਹਿਣਾ ਫੇਰੀਆਂ ਗੁਰੂ ਜੀ ਤੱਕਦੀ ਰਹਿ। ਮਨ ਪਿਤਾ ਆਪਣੇ ਕਹਿਣਾ, ਤੂੰ ਮੇਰਾ ਹੁਣ ਜ਼ਿੱਦ ਛੱਡ ਦੇ, ਜੇ ਤੂੰ ਜਿਉਂਦਿਆਂ ਜਹਾਨ ਵਿੱਚ ਰਹਿਣਾ, ਤੂੰ ਮੇਰਾ ਹੁਣ ਜ਼ਿੱਦ ਛੱਡ ਦੇ। ਮਨ ਪਿਤਾ ਆਪਣੇ ਦਾ ਕਿਹੜਾ, ਮਨ ਪਿਤਾ ਆਪਣੇ ਹੁਣ
ਹੁਣ ਜਿੱਦ।